ਜੀ ਬਾਈ ਜੀ ਤੁਸੀਂ ਖੰਡਰ ਦਾ ਨਜ਼ਾਰਾ ਤਾਂ ਵੇਖ ਲਿਆ, ਅਸਾਂ ਦਰਬਾਰ ਦੇ ਅੰਦਰ ਜਾ ਰਹੇ ਹਾਂ। ਦਰਬਾਰ ਹੈ ਭਾਈ ਜਾਨ, ਤਾਜ ਸੁਲਤਾਨ ਸੁਣਿਆ ਤੇਰੇ ਨਾਂ ਤੂੰ ਵੀ ਗਾ ਗਿਆ ਹੈ, ਦੁਜਨ ਤਾਰ ਸੁਣਿਆ ਤੇਰੇ ਦਰ ਤੇ ਜੁਆ। ਬਾਬਾ ਜੀ ਕੀ ਹਾਲ ਹੈ, ਕੀ ਨਾਂ ਹੈ ਦਰਬਾਰ ਦਾ? ਸਖੀ ਤਾਜ ਸੁਲਤਾਨ ਮੌਲਾ ਅਲੀ ਸਰਕਾਰ ਦਾ 18ਵੇਂ ਬੇਟੇ। ਅੱਛਾ, ਇਹ ਮਦੀਨੇ 'ਚ ਸਰਕਾਰ ਹੈ, ਇਹਨਾਂ ਨੂੰ 1400 ਸਾਲ ਇੱਥੇ ਹੋ ਗਏ। ਇਹ ਜਿਹੜਾ ਪੀਰ ਖਾਦਮ ਸ਼ਾਹ ਹੈ ਪਿਆ, ਉਹ ਸਰਕਾਰ ਉਹ ਇਹਨਾਂ ਦੇ ਰਿਸ਼ਤੇਦਾਰ ਹਨ? ਬਾਬਾ ਇਸਰਾਰ ਅਕਬਰ ਉਹਦਾ ਹੀ ਗੱਦੀ ਨਸ਼ੀਨ ਤੇ ਇਹਦਾ ਹੀ ਹੈ। ਅੱਛਾ, ਉਹ ਗੱਦੀ ਨਸ਼ੀਨ ਇਹਨਾਂ ਦੇ ਇੱਥੇ ਦੇ ਹੋ। ਇੱਥੇ ਕਵਾਲੀ ਕਿਸ ਮਹੀਨੇ 'ਚ ਆਉਂਦੀ ਹੈ? ਕਵਾਲੀ 13 ਰਜਬ ਆਉਂਦੀ ਹੈ। ਖਤਮ ਹੋ ਗਈ ਹੁਣ ਤਾਂ, ਹੁਣ ਅੱਗੇ ਵਾਧ ਆਉਣ ਵਾਲੀ ਹੈ। ਮਤਲਬ ਬੜੀ ਵੱਡੀ ਕਵਾਲੀ ਆਉਂਦੀ ਹੈ? ਬੜੀ ਵੱਡੀ ਕਵਾਲੀ। ਇਹ ਥਾਂ ਹੀ ਦਰਬਾਰ 'ਚ ਹੁੰਦੀ ਹੈ ਜਾਂ ਬਾਹਰ ਹੁੰਦੀ? ਉਸ ਦਰਬਾਰ ਹੇਠਲੇ ਦਿਓ। ਅੱਛਾ, ਤਲਵੇਂ ਦੇ। ਆਓ ਮੋਟਰਸਾਈਕਲ ਕੱਢੋ ਆਪਣਾ ਯਾਰ। ਯੂਟਿਊਬ ਹੈ, ਯੂਟਿਊਬ ਤੇ ਤੇ ਰੋਡ ਸਰਚ ਕਰੀਏ। ਹਾਂ, ਕੀ ਹੈ ਫਨੀ ਬੁਆ 988 ਫਨੀ ਬੁਆ 988 ਉਸ ਤੇ ਤੇਰੀ ਵੀਡੀਓ ਆ ਬਈ। ਹਾਂ, 30 ਵੀਡੀਓ ਚੜੀ ਹੋਈ ਨੇ ਬਾਈ ਜਾਨ। ਤੁਸੀਂ ਨਾ ਮੇਰਾ ਚੈਨਲ ਸਬਸਕ੍ਰਾਈਬ ਕਰਨਾ, ਤੁਸੀਂ ਵੀਡੀਓ ਵੇਖ ਰਹੇ ਹੋ ਫਨੀ ਬੁਆਇਜ਼ 988 ਅਤੇ ਇਨਸ਼ਾਅੱਲਾ ਇਹੋ ਜਿਹੀ ਵੀਡੀਓ ਤੁਹਾਨੂੰ ਆਉਣ ਵਾਲੇ ਵਕਤ 'ਚ ਔਰ ਤੁਹਾਨੂੰ ਬੜਾ ਮਜ਼ਾ ਆਉਣਾ ਵੀਡੀਓ ਵੇਖਣ 'ਚ ਇਨਸ਼ਾਅੱਲਾ। ਦਿਲਚਸਪ ਵੀਡੀਓ ਲੈ ਕੇ ਆਉਣੀ ਦੱਸਾਂ। ਇਹ ਬਾਈ ਜਾਨ ਕਬਰਿਸਤਾਨ ਬੜਾ ਕਦੀਮੀ ਹੈ ਇਰਫਾਨ ਯਾਰ, ਇਹ ਕਬਰਿਸਤਾਨ ਤਾਂ ਬੜਾ ਪੁਰਾਣਾ ਹੈ। ਅੱਲਾ ਮਾਫ ਕਰੇ ਯਾਰ। ਆ ਸਫਰ ਇੱਥੇ ਇਨਸਾਨੀ ਢਾਂਚੇ ਹੀ ਹਨ ਇਰਫਾਨ, ਚੈੱਕ ਕਰਾਈਏ ਇਹਨਾਂ ਨੂੰ। ਇਹ ਵੇਖ ਲਓ ਇੱਥੇ ਕੋਈ ਮਤਲਬ ਕੋਈ ਘਰ ਵਗੈਰਾ ਹਨ ਜਿਹੜੇ ਤਬਾਹ ਹੋ ਚੁੱਕੇ। ਚਲੋ ਉੱਤਾ ਲੈ ਚੱਲ, ਚੜ੍ਹਾਈ ਵਾਂਗ
ਇਹ ਬਾਜਾਂ ਜੇ ਤੁਸੀਂ ਇੱਟਾਂ ਵੇਖ ਰਹੇ ਹੋ ਜਿਹੜੀਆਂ ਥੱਲੇ ਪਈਆਂ ਨੇ, ਬੜੀ ਸੌ ਸੌ ਪੁਰਾਣੇ, ਸੌ ਸੌ ਸਾਲ ਪੁਰਾਣੀਆਂ ਪਈਆਂ। ਚੈੱਕ ਕਰੋ ਨਜ਼ਾਰਾ, ਪੂਰਾ ਸ਼ੋਰਕੋਟ ਸਿਟੀ, ਛੋਟਾ ਛੋਟਾ ਮਨੋਮ ਆਉਂਦਾ ਇੱਥੇ।